ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੇਰੇ ਵੱਲੋਂ। ਦੋਸਤੋ ਮੈਂ ਗੁਰਸੇਵਕ ਗੱਲ ਕਰਦਾ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਜਿਸਦਾ ਨਾਮ ਦੋਸਤੋ ਸੇਵਕ ਇਨਫੋ ਹੈ। ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੀ ਹਰ ਇੱਕ ਨੌਕਰੀ ਦੀ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ, ਤਾਂ ਤੁਸੀਂ ਦੋਸਤੋ ਤੁਹਾਨੂੰ ਕੀ ਕਰਨਾ ਗਾ, ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਸੇਵਕ ਇਨਫੋ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ। ਠੀਕ ਹੈ, ਸਬਸਕ੍ਰਾਈਬ ਕਰ ਲਓ, ਇਸ ਦੇ ਨਾਲ ਕੀ ਹੋਊਗਾ ਅਤੇ ਨਾਲ ਹੀ ਦੋਸਤੋ ਜਿਹੜਾ ਸਬਸਕ੍ਰਾਈਬ ਹੈ ਬੈਲ ਬਟਨ ਦਾ ਦੋਸਤੋ ਇਹਨੂੰ ਕੀ ਤੁਸੀਂ ਔਨ ਕਰ ਲਓ। ਇਸ ਦੇ ਨਾਲ ਕੀ ਹੋਊਗਾ ਜੋ ਵੀ ਅਸੀਂ ਕੋਈ ਵੀਡੀਓ ਤੁਹਾਡੇ ਲਈ ਪਾਵਾਂਗੇ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਸਮੇਂ ਸੋ ਸਮੇਂ ਮਿਲ ਜਾਇਆ ਕਰੂਗਾ। ਤਾਂ ਦੋਸਤੋ ਆਪਾਂ ਅੱਜ ਗੱਲ ਕਰਦੇ ਹਾਂ RBI ਦੇ ਵਿੱਚ। RBI ਨੇ ਜੋ ਪੋਸਟਾਂ ਕੱਢੀਆਂ ਹਨ, ਰਿਜ਼ਰਵ ਬੈਂਕ ਆਫ ਇੰਡੀਆ ਨੇ, ਅਤੇ ਇਹ ਸਿਕਿਉਰਟੀ ਗਾਰਡ ਦੀਆਂ ਪੋਸਟਾਂ ਕੱਢੀਆਂ ਦੋਸਤੋ, ਸਿਕਿਉਰਟੀ ਗਾਰਡ ਦੀਆਂ ਪੋਸਟਾਂ ਕੱਢੀਆਂ ਨੇ, ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਠੀਕ ਹੈ, ਰਿਜ਼ਰਵ ਬੈਂਕ ਆਫ ਇੰਡੀਆ ਨੇ ਕੀ ਆ ਆਨਲਾਈਨ ਫਾਰਮ ਕੱਢੇ ਨੇ 2018 ਦੇ ਵਿੱਚ ਦੋਸਤੋ ਸਿਕਿਉਰਟੀ ਗਾਰਡ ਦੀ, ਅਤੇ ਮਤਲਬ ਜਿਨ੍ਹਾਂ ਦੀ ਦੋਸਤੋ ਫੀਸ ਦੀ ਗੱਲ ਕੀਤੀ ਜਾਵੇ ਤਾਂ ਜਰਨਲ ਲਈ ਜਿਹੜੀ ਫੀਸ ਆ ਜਰਨਲ ਅਤੇ OBC ਕੈਂਡੀਡੇਟ ਲਈ ਉਹ 600 ਰੁਪਈਆ, SC ਕੈਂਡੀਡੇਟ ਅਤੇ SC ਅਤੇ ST ਲਈ 100 ਰੁਪਈਆ ਰੱਖੀ ਗਈ ਆ, ਜੋ ਫਿਜੀਕਲ ਕੈਂਡੀਡੇਟ ਨੇ ਉਹਨਾਂ ਲਈ ਵੀ 100 ਰੁਪਈਆ। ਠੀਕ ਆ ਦੋਸਤੋ, ਅਤੇ ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੋਸਤੋ ਅਪਲਾਈ ਮੋਡ ਜਿਹੜੇ ਫੀਸ ਦਾ ਗਾ, ਫੀਸ ਜਿਹੜੀ ਪੇਮੈਂਟ ਆ ਜੀ ਤੁਸੀਂ ਉਹ ਨੈੱਟ ਬੈਂਕਿੰਗ, ਡੈਬਿਟ ਕਾਰਡ ਅਤੇ ਈ ਚਲਾਣ ਦੇ ਮਾਧਿਅਮ ਵੀ ਤੁਸੀਂ ਕਟਾ ਸਕਦੇ ਹੋਗੇ। ਠੀਕ ਹੈ, ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੋਣੀ ਆ ਉਹ 9 ਨਵੰਬਰ ਨੂੰ ਹੋਣੀ ਆ, ਅਤੇ ਲਾਸਟ ਡੇਟ ਆ ਜਿਹੜੀ ਉਹ 30 ਨਵੰਬਰ ਦੀ ਹੈ, ਉਹ 30 ਨਵੰਬਰ ਦੀ ਹੈ ਦੋਸਤੋ, ਇਹ ਚੀਜ਼ ਦਾ ਧਿਆਨ ਰੱਖਣਾ ਅਸੀਂ ਨੇ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਹਾਂ, ਅੱਗੇ ਚੱਲ ਦਿਆਂਗੇ ਇਹਦੀ ਉਮਰ ਦੀ ਗੱਲ ਕਰਦੇ ਹਾਂ ਦੋਸਤੋ। ਠੀਕ ਹੈ, ਏਜ ਇੱਕ 2011 ਦੇ ਅਕੋਰਡਿੰਗ ਦੋਸਤੋ 11 ਨਾਲ ਦੀ ਮੈਕਸੀਮਮ ਜਿਹੜੀ 25 ਸਾਲ ਦੀ ਹੋ ਜਾਂਦੀ ਹੈ। ਠੀਕ ਹੈ, 11 ਨਾਲ OBC 28 ਸਾਲ ਮੈਕਸੀਮਮ 25 ਹਨ, ਯਾਨੀ ਕਿ ਮੈਕਸ ਏਜ 28 ਈਅਰ, OBC 28 ਹੋਣੀ ਚਾਹੀਦੀ, ਅਤੇ SC ਜਿਹੜੇ ST ਨੇ ਉਹਨੂੰ 30 ਸਾਲ। ਠੀਕ ਹੈ ਦੋਸਤੋ, ਜਿਹੜੀ ਜੇ ਛੋਟ ਹੈਗੀ ਉਹ ਯਾਨੀ ਕਿ 5 ਸਾਲ ਦੀ ਛੋਟ ਹੋਊਗੀ SC ਨੂੰ। ਠੀਕ ਹੈ ਦੋਸਤੋ, ਅੱਗੇ ਦੋਸਤੋ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਕੀ ਕੁਛ ਮਤਲਬ ਪੜ੍ਹਾਈ ਕੀ ਮੰਗੀ ਗਈ ਆ ਉਹਦੇ ਬਾਰੇ ਗੱਲ ਕਰਦੇ ਹਾਂ। ਤਾਂ ਜੋ ਵੀ ਕੈਂਡੀਡੇਟ ਇਹਨਾਂ ਨੂੰ ਫਾਰਮ ਨੂੰ ਭਰਨਾ ਚਾਹੁੰਦਾ ਗਾ ਤਾਂ ਮਿਨੀਮਮ ਉਹਨਾਂ ਦੀ ਕੀ 10th ਪਾਸ ਹੋਣਾ ਚਾਹੀਦਾ, ਤਾਂ ਉਹਨੇ 10ਵੀਂ ਕੀਤੀ ਹੋਣੀ ਚਾਹੀਦੀ ਹੈ ਦੋਸਤੋ, ਉਹੀ ਇਹਨੂੰ ਬੱਚਾ ਵਗੀਆ ਫਾਰਮ ਨੂੰ ਭਰ ਸਕਦਾ। ਜਿਹੜੀ ਪੋਸਟਾਂ ਦੀ ਗਿਣਤੀ ਆ ਉਹ 70 ਹੈਗੀ, ਪੋਸਟ ਦੇ ਨਾਲ ਤੁਹਾਨੂੰ ਪਹਿਲਾਂ ਵੀ ਸਿਕਿਉਰਟੀ ਗਾਰਡ ਦੀ ਪੋਸਟ ਹੈਗੀ। ਜਰਨਲ ਦੀਆਂ 'ਚ 51 ਪੋਸਟਾਂ ਨੇ, BC ਲਈ ਆ ਜਿਹੜੀ, OBC ਲਈ 52 ਨੇ, SC ਲਈ 30 ਪੋਸਟਾਂ ਨੇ, ST ਲਈਆਂ ਨੇ ਜਿਹੜੀਆਂ ਉਹ 37, ਟੋਟਲ 270 ਪੋਸਟਾਂ ਨੇ। ਤਾਂ ਜੋ ਜਿਹੜੇ ਇਹਦੇ ਆਫਿਸ ਨੇ ਦੋਸਤੋ ਵੀ ਕਿੱਥੇ ਕਿੱਥੇ ਭਰਤੀ ਹੋਣੀ ਆ, ਕਿੱਥੇ ਕਿੱਥੇ ਮਤਲਬ ਕਿਹੜੇ ਕਿਹੜੇ ਸੈਂਟਰ 'ਚ ਕਿੰਨੇ ਕਿੰਨੇ ਬੰਦੇ ਰੱਖਣੇ ਨੇ ਉਹਦੇ ਬਾਰੇ ਅੱਗੇ ਅੱਗੇ ਦੱਸਿਆ ਗਿਆ, ਤੁਸੀਂ ਦੇਖ ਸਕਦੇ ਹੋ। ਅਲੱਗ ਅਲੱਗ ਆਫਿਸ ਨੇ ਅਹਿਮਦਾਬਾਦ, ਬੰਗਲੌਰ, ਚੰਡੀਗੜ੍ਹ। ਤਾਂ ਦੋਸਤੋ ਚੰਡੀਗੜ੍ਹ 'ਚ ਜੇ ਆਪਾਂ ਗੱਲ ਕਰੀਏ, ਚੰਡੀਗੜ੍ਹ 'ਚ ਜਰਨਲ ਦੀਆਂ 5 ਪੋਸਟਾਂ ਨੇ, BC ਦੇ 2 ਨੇ, ST ਲਈ ਕੋਈ ਹੈ ਨਹੀਂ, SC ST ਕੋਈ ਪੋਸਟ ਨਹੀਂ। ਠੀਕ ਆ ਦੋਸਤੋ, ਇੱਦਾਂ ਹੀ ਦਿੱਲੀ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਜਰਨਲ ਲਈ 3 ਨੇ, OBC ਲਈ ਕੋਈ ਪੋਸਟ ਨਹੀਂ, SC ਲਈ ਕੀ ਆ 2 ਨੇ, ਠੀਕ ਹੈ, ਅਤੇ ST ਲਈ ਕੋਈ ਨਹੀਂ ਹੈਗੀ। ਤਾਂ ਦੋਸਤੋ ਕੀ ਇਹਦੀ ਫੁੱਲ ਜਿਹੜੀ ਇਨਫੋਰਮੇਸ਼ਨ ਆ, ਮੈਂ ਨੋਟੀਫਿਕੇਸ਼ਨ ਉਹ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਤੁਸੀਂ ਉੱਥੋਂ ਜਾ ਕੇ ਕੀ ਹੈ ਪੂਰੀ ਜਾਣਕਾਰੀ ਲੈ ਸਕਦੇ ਹੋਗੇ। ਤਾਂ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਦੇਖਣ ਲਈ। ਤਾਂ ਦੋਸਤੋ ਮੈਂ ਫਿਰ ਤੁਹਾਨੂੰ ਕਹਿਣਾਗਾ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੀ ਹਰ ਇੱਕ ਮੇਰੀ ਵੀਡੀਓ ਆ ਸਮੇਂ ਸਿਰ ਤੁਹਾਡੇ ਮੋਬਾਈਲ 'ਤੇ ਮਿਲਦੀ ਰਹੇ, ਤਾਂ ਤੁਸੀਂ ਕੀ ਹੈ ਸਾਡੇ ਯੂਟਿਊਬ ਚੈਨਲ ਜਿਸਦਾ ਨਾਮ ਸੇਵਕ ਇਨਫੋ ਹੈ, ਇਸ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ। ਅਤੇ ਨਾਲ ਹੀ ਕੀ ਹੈ ਬੈਲ ਦਾ ਜੋ ਬਟਨ ਬਣਿਆ ਹੋਇਆ ਨਾ, ਬੈਲ ਦਾ ਬਟਨ ਇਸ ਸਾਈਡ 'ਤੇ ਤੁਸੀਂ ਦੇ ਸਕਦੇ ਹੋਗੇ। ਠੀਕ ਹੈ, ਇਹਨੂੰ ਦੋਸਤੋ ਕੀ ਇੱਥੋਂ ਅਸੀਂ ਇਹਨੂੰ ਔਨ ਕਰ ਲੈਣਾ ਗਾ, ਇਹਦੇ ਨਾਲ ਕਿ ਜਿਹੜੀ ਵੀ ਕੋਈ ਪੋਸਟ ਅਸੀਂ ਇੱਧਰੋਂ ਪਾਉਣੀ ਹੈਗਾ ਤਾਂ ਤੁਹਾਡੇ ਮੋਬਾਈਲ 'ਤੇ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਜਾ ਕਰੂਗੀ। ਧੰਨਵਾਦ ਦੋਸਤੋ, ਥੈਂਕ ਯੂ।